ਸਮਾਂ ਹੋ ਗਿਆ ਮਕਾਨ ਬਣਾਏ ਨੂੰ 3 ਸਾਲ ਹੋ ਗਏ ਜੀ 3 ਸਾਲ ਪੂਰੇ ਨਹੀਂ ਹੋਏ ਜੀ ਜੀ ਆਪ ਬਣਾਇਆ ਸੀ ਖੁਦ ਮਿਹਨਤ ਕਰਕੇ ਹਾਂਜੀ ਖੁਦ ਮਿਹਨਤ ਕਰਕੇ ਬਣਾਇਆ ਦਿਨ ਰਾਤ ਕਰਕੇ ਬਣਾਇਆ ਸੀ ਛੋਟੇ ਛੋਟੇ ਬੱਚੇ ਨੇ ਸਾਡੇ ਕਿੰਨੇ ਬੱਚੇ ਤੁਹਾਡੇ 2 ਬੱਚੇ ਨੇ ਕਿੰਨੇ ਕਿੰਨੇ ਸਾਲਾਂ ਦੇ ਨੇ ਇੱਕ 10 ਸਾਲ ਦਾ ਜੀ 8 ਸਾਲ ਦਾ ਹਾਂਜੀ ਤੁਸੀਂ ਵੀ ਨਾਲ ਹੀ ਕੰਮ ਕਰਦੇ ਨਹੀਂ ਜੀ ਅਸੀਂ ਘਰ ਬੱਚੇ ਹਾਂਜੀ ਘਰ ਦਾ ਕੰਮ ਬੱਚਿਆਂ ਨੂੰ ਸਾਂਭਦੇ ਇਹਨਾਂ ਨੇ ਖੁਦ ਮਿਹਨਤ ਕਰਕੇ ਬਣਾਇਆ ਸੀ ਦਿਨ ਰਾਤ ਇੱਕ ਕਰਕੇ ਬਣਾਇਆ ਸੀ ਸਾਡੇ ਛੋਟੇ ਛੋਟੇ ਬੱਚੇ ਆ ਜਿਹੜੇ ਅਸੀਂ ਆਪਦੇ ਨਾਨਕੇ ਛੱਡ ਚੁੱਕੇ ਹਾਂ ਉਹਨਾਂ ਤੋਂ ਬਗੈਰ ਅਸੀਂ 1 ਮਿੰਟ ਨਹੀਂ ਰਹਿ ਸਕਦੇ ਸੀ ਪਰ ਅਸੀਂ ਰਹਿ ਰਹੇ ਹਾਂ ਸਮਾਨ ਲੈ ਕੇ ਜਦੋਂ ਪਾਣੀ ਆਇਆ ਤੁਸੀਂ ਉੱਥੋਂ ਇੱਥੇ ਮੌਜੂਦ ਤਾਂ ਨਹੀਂ ਸੀ ਉਦੋਂ ਮੌਜੂਦ ਜਿਸ ਦਿਨ ਪਤਾ ਚੱਲਿਆ ਸੀ ਪਾਣੀ ਆਉਣਾ ਜੀ ਉਸ ਦਿਨ ਸਾਰੀ ਰਾਤ ਨਹੀਂ ਸੌ ਕੇ ਨਹੀਂ ਦੇਖਿਆ ਜੀ ਅਸੀਂ 2:30 ਵਜੇ ਖੁਦ ਮੈਂ ਦੇਖਿਆ ਪਾਣੀ ਆਉਂਦਾ ਇੱਕਦਮ ਹੀ ਵੜ ਗਿਆ ਸੀ ਇਸ ਮਕਾਨਾਂ 'ਚ ਪਾਣੀ ਕਿ ਹੌਲੀ ਹੌਲੀ ਆਇਆ ਹੌਲੀ ਹੌਲੀ ਆਇਆ ਇੱਕੋ ਦਮ ਘੰਟੇ 'ਚ ਤਾਂ ਜੀ ਪੂਰਾ ਅੰਦਰ ਭਰ ਗਿਆ ਸੀ ਜੀ ਜਦੋਂ ਪਾਣੀ ਆਇਆ ਇੱਕਦਮ ਹੀ ਪਾਣੀ ਆ ਗਿਆ ਸੀ ਕਿ ਕੁਝ ਟਾਈਮ ਤੁਹਾਨੂੰ ਪਤਾ ਲੱਗਿਆ ਰਾਤ ਨੂੰ 2:30 ਵਜੇ ਪਤਾ ਲੱਗਿਆ ਜੀ ਵੀ ਮੰਨ ਲਓ ਪਾਣੀ ਆ ਰਿਹਾ ਹੈਗਾ ਉਦੋਂ ਕੰਧਾਂ ਦੇ ਵਿੱਚ ਦੀ ਮੰਨ ਲਓ ਪਾਣੀ ਨਿਕਲਣ ਲੱਗ ਗਿਆ ਸੀਗਾ ਜੀ ਰਾਤ ਨੂੰ ਅਸੀਂ ਪਏ ਸੀ ਸੁੱਤੇ ਜੀ